ਸਲੋ ਉਤਰ ਦੇ ਆ ਸੁਨਹਿਰਾ ਇੱਜ ਬਾਬਾ ਜੀ ਪੰਜ ਚੀਜ਼ਾਂ ਪੈਂਦੀਆਂ ਜੀ ਪਹਿਲੋ ਤੇ ਚਾਰੇ ਮਗਜ ਪੈ ਜਾਂਦੇ ਜੀ ਤੇ ਆਪਣੀ ਖਸ ਖਸ ਤੇ ਬਦਾਮ ਕਾਲੀ ਮਿਰਚ ਤੇ ਗੁਲਾਬ ਦੇ ਚੁੱਪ ਪਾ ਸਕਦੇ ਜੀ ਖੰਡ ਜਿਹਨੂੰ ਕਹਿ ਦਿੰਦੇ ਆਪਾਂ ਇਹ ਬਾਬਾ ਜੀ ਠੰਡੀ ਹੁੰਦੀ ਹੈ ਇਹਦੀ ਤਸੀਰ ਜੀ ਕਿਉਂਕਿ ਬਦਾਮ ਜਦੋਂ ਆਪਾਂ ਭੇਜ ਦਿੰਦੇ ਇਹਦੀ ਤਸੀਰ ਠੰਡੀ ਹੋ ਜਾਂਦੀ ਹੈ ਨਹੀਂ ਇੰਨਾ ਖੰਡ ਜਾਪ ਕਰਦੇ ਰਹਿੰਦੇ ਆ ਕਿਉਂਕਿ ਜਲ ਦੇ ਉੱਤੇ ਕੋਈ ਵੀ ਬਾਣੀ ਦਾ ਅਸਰ ਜ਼ਿਆਦਾ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਟੈਰਾਬਿਨਾ ਯੂਨੀਵਰਸਿਟੀ ਦੇ ਵੱਖ ਵੱਖ ਦ੍ਰਿਸ਼ ਜਿਹੜੇ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਇਸੇ ਕਵਰੇਜ ਦੇ ਵਿੱਚ ਆਪਾਂ ਅੱਗੇ ਵੱਧਦੇ ਹਾਂ ਇਸ ਟਾਈਮ ਬਹੁਤ ਹੀ ਵਧੀਆ ਚੀਜ਼ ਜਿਹੜੀ ਆ ਉਹ ਸ਼ਰਧਾਈ ਜਿਹੜੀ ਆ ਉਹ ਬਣਾਈ ਜਾ ਰਹੀ ਆ ਆਓ ਜਿਹੜੇ ਵੀਰ ਇਸ ਟਾਈਮ ਸ਼ਰਧਾਈ ਨੂੰ ਰਗੜਾ ਲਾ ਰਹੇ ਆ ਉਹਨਾਂ ਦੇ ਨਾਲ ਜਿਹੜੇ ਆ ਉਹ ਗੱਲਬਾਤ ਕਰਦੇ ਹਾਂ ਕੀ ਪੈਂਦਾ ਆ ਕੀ ਹੁੰਦਾ ਆ ਵੀਰ ਜੀ ਕੀ ਨਾਮ ਹੈ ਅਮਰਵੀਰ ਸਿੰਘ ਜੀ ਅਮਰਵੀਰ ਸਿੰਘ ਜੀ ਦੱਸਿਆ ਜਾ ਰਿਹਾ ਤੁਸੀਂ ਵਿਸ਼ੇਸ਼ ਪੰਜਾਬ ਤੋਂ ਆਏ ਆ ਹਾਂਜੀ ਬਾਬਾ ਜੀ ਪੰਜਾਬ ਤੋਂ ਉਤਰੀਆਂ 'ਚ ਫੌਜਾਂ ਅੱਛਾ ਹਾਂਜੀ ਤੇ ਇੱਥੇ ਕਿੱਦਣ ਆਏ ਸੀ ਦੋ ਕੁ ਵੀਕ ਹੋ ਗਏ ਬਾਬਾ ਜੀ ਠੀਕ ਆ ਸੋ ਕੀ ਆ ਜਿਹੜੀ ਸ਼ਰਧਾਈ ਦੇ ਵਿੱਚ ਕੀ ਜਿਹੜੀ ਆ ਸਮੱਗਰੀ ਪੈਂਦੀ ਆ ਇੱਜ ਬਾਬਾ ਜੀ ਪੰਜ ਚੀਜ਼ਾਂ ਪੈਂਦੀਆਂ ਜੀ ਹਾਂ ਪਹਿਲੋ ਤੇ ਚਾਰੇ ਮਗਜ ਪੈ ਜਾਂਦੇ ਜੀ ਠੀਕ ਹੈ ਤੇ ਆਪਣੀ ਖਸ ਖਸ ਹਾਂ ਤੇ ਬਦਾਮ ਠੀਕ ਹੈ ਕਾਲੀ ਮਿਰਚ ਹਾਂ ਤੇ ਗੁਲਾਬ ਦੇ ਫੁੱਲ ਗੁਲਾਬ ਦੇ ਫੁੱਲ ਤੇ ਫੇਰ ਆਪਾਂ ਚੁੱਪ ਪਾ ਸਕਦੇ ਜੀ ਖੰਡ ਜਿਹਨੂੰ ਕਹਿ ਦਿੰਦੇ ਆਪਾਂ ਠੀਕ ਹੈ ਹਾਂਜੀ ਸੋ ਕਿਹੜੀ ਚੀਜ਼ ਗਰਮ ਕਿਹੜੀ ਚੀਜ਼ ਠੰਡੀ ਇਹਦੀ ਤਸੀਰ ਕਿੱਦਾਂ ਦੀ ਹੁੰਦੀ ਇਹ ਬਾਬਾ ਜੀ ਠੰਡੀ ਹੁੰਦੀ ਹੈ ਇਹਦੀ ਤਸੀਰ ਜੀ ਕਿਉਂਕਿ ਬਦਾਮ ਜਦੋਂ ਆਪਾਂ ਭੇਜ ਦਿੰਦੇ ਇਹਦੀ ਤਸੀਰ ਠੰਡੀ ਹੋ ਜਾਂਦੀ ਹੈ ਹਾਂ ਤੇ ਕਿੰਨੀ ਜਿਹੜੀ ਇਸ ਟਾਈਮ ਸਮੱਗਰੀ ਤੁਸੀਂ ਇਹਦੇ ਵਿੱਚ ਪਾ ਚੁੱਕੇ ਹੋ ਇਹ ਬਾਬਾ ਜੀ ਖੁੱਲਾ ਪੈਰਾ ਚ ਲੰਡਿਆ ਹੁਣ ਆਹਾ ਤੇ ਇਹ ਤਾਂ ਸੰਗਤਾਂ ਵੱਲੋਂ ਬਸ ਖੁੱਲਾ ਹੀ ਪੈਰਾ ਹੁਣ ਸੇਵਾ ਦਾ ਹਾਂਜੀ ਕਦੋਂ ਦੇ ਲੱਗੇ ਹੋਏ ਅੱਜ ਇਹ ਤਾਂ ਬਾਬਾ ਜੀ ਥੋੜਾ ਜਿਹਾ ਸਮਾਂ ਹੋਇਆ ਅਜੇ ਘੰਟਾ ਹੀ ਹੋਇਆ ਆਪਾਂ ਨੂੰ ਤੇ ਆਹ ਜਿਹੜਾ ਘੋਟਣਾ ਤੇ ਜਿਹੜਾ ਰਗੜਨ ਨੂੰ ਇੱਥੋਂ ਲਿਆ ਕਿ ਨਾਲ ਲਿਆਂਦਾ ਆ ਇਹ ਫੌਜਾਂ ਦਾ ਹੀ ਜੇ ਅੱਛਾ ਹਾਂਜੀ ਇਹ ਸੁਨਹਿਰਾ ਸਲੋਤਰ ਜੇ ਆਹ ਸਲੋਤਰ ਦੇ ਆ ਸੁਨਹਿਰਾ ਆਹਾ ਕੀ ਬਾਤ ਆ ਹੋਰ ਦੱਸੋ ਇਹਦੇ ਬਾਰੇ ਕਿਹੜੀਆਂ ਚੀਜ਼ਾਂ ਜਿਹੜੀਆਂ ਆਮ ਸੰਗਤਾਂ ਨੂੰ ਨਹੀਂ ਪਤਾ ਹੁੰਦੀਆਂ ਇਹ ਤੇ ਬਸ ਆਹ ਹੀ ਜੇ ਖਾਸ ਸੁਨਹਿਰਾ ਦੇ ਸਲੋਤਰ ਤੇ ਬਾਕੀ ਖਾਸ ਪੱਥਰ ਹੁੰਦਾ ਹੈ ਇਹ ਵਾਲਾ ਇਹ ਲਾਲ ਪੱਥਰ ਹੁੰਦਾ ਖਾਸ ਇਹ ਮਤਲਬ ਕਿ ਰੇਅਰ ਜਿਹਾ ਰੇਅਰ ਨਹੀਂ ਕਹਿ ਸਕਦੇ ਆਪਾਂ ਇਹਨੂੰ ਘੱਟ ਮਿਲਦਾ ਉਦਾਂ ਹਾਂਜੀ ਇਹ ਪੰਜਾਬ ਤੋਂ ਉਦਾਂ ਮੰਗਾ ਲੈਂਦੇ ਆ ਤੇ ਅੱਜ ਫਿਰ ਇਦਾਂ ਹੀ ਸੇਵਾ ਚੱਲਣੀ ਆ ਹਾਂਜੀ ਮਹਾਰਾਜ ਕਰਾਉਣ ਵਾਲੇ ਜੀ ਮਹਾਰਾਜ ਕਰਾਉਣ ਤੇ ਉੱਥੇ ਵੀ ਇਹੀ ਕਰਦੇ ਰਹਿੰਦੇ ਆ ਕਿੰਨੇ ਕੁ ਮਿੰਟ ਹੁੰਦਾ ਆ ਵੀ ਇਹ ਇਸ ਨੂੰ ਰਗੜ ਕੇ ਤੁਹਾਨੂੰ ਲੱਗਦਾ ਵੀ ਹੁਣ ਇਹ ਤਿਆਰ ਆ ਨਹੀਂ ਇਹ ਘੰਟਾ ਕਿ ਡੇਢ ਘੰਟਾ ਲੱਗ ਜਾਂਦਾ ਜੀ ਇਹਨੂੰ ਅੱਛਾ ਰਗੜਨ ਨੂੰ ਹਾਂਜੀ ਮੋਢੇ ਫੇ ਸ਼ਾਨਦਾਰ ਆ ਪੂਰੀ ਐਕਸਰਸਾਈਜ਼ ਹੋ ਜਾਂਦੀ ਆ ਇਹ ਤੇ ਬਸ ਜੀ ਇਹ ਮਹਾਰਾਜ ਨੇ ਬਣਾਈ ਇਹ ਚੀਜ਼ ਲਈ ਆ ਇੱਕ ਤੇ ਸਿੰਘਾਂ ਦੀ ਵਰਜਿਸ਼ ਹੋ ਜਾਂਦੀ ਆ ਹਾਂ ਨਾਲੇ ਵਰਜਿਸ਼ ਹੋ ਜਾਂਦੀ ਨਾਲੇ ਤਾਕਤ ਵਾਲੀ ਚੀਜ਼ ਮਿਲ ਜਾਂਦੀ ਆ ਹਾਂਜੀ ਇਹ ਪ੍ਰੋਵਡ ਹੀ ਨਹੀਂ ਆ ਸਿੰਘਾਂ ਦਾ ਜੀ ਕਿੰਨੇ ਕੁ ਚਿਰ ਨੂੰ ਤਿਆਰ ਹੋ ਜਾਣੀ ਆ ਤੇ ਫਿਰ ਆਪਾਂ ਆਈਏ ਸ਼ਕਨ ਦੇ ਲਈ ਨਹੀਂ ਬਸ ਆ ਇੱਕ ਲੱਗ ਗਿਆ ਜੀ ਹਾਂ ਤੇ ਅੱਧੇ ਘੰਟੇ ਤੱਕ ਤੁਸੀਂ ਹੋਰ ਆ ਜਿਓ ਤਿਆਰ ਪਰ ਤਿਆਰ ਹੋ ਜਾਣਾ ਕੰਮ ਤਿਆਰ ਪਰ ਤਿਆਰ ਜੀ ਸੋ ਦੇਖੋ ਜੀ ਬਹੁਤ ਹੀ ਸ਼ਾਨਦਾਰ ਚੀਜ਼ਾਂ ਜਿਹੜੀਆਂ ਆ ਇਸ ਸ਼ਰਧਾਈ ਦੇ ਵਿੱਚ ਪੈਂਦੀਆਂ ਸਰੀਰ ਦੇ ਲਈ ਵਧੀਆ ਤਸੀਰ ਪੂਰੀ ਠੰਡੀ ਹੁੰਦੀ ਆ ਗਰਮੀ ਦਾ ਦਿਨ ਆ ਦਿਨ ਸੋਹਣਾ ਲੱਗਾ ਆ ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆਪ ਵੀ ਬਣਾਓ ਇਦਾਂ ਜਦੋਂ ਕਰ ਰਹੇ ਆ ਉਸ ਦੇ ਨਾਲ ਤੇ ਮਹਾਰਾਜ ਜੀ ਇਹ ਜ਼ਰੂਰ ਦੱਸਿਓ ਬਾਬਾ ਜੀ ਫਿਰ ਜਦੋਂ ਇਦਾਂ ਕਰਦੇ ਚਲੋ ਹੁਣ ਤਾਂ ਮੈਂ ਗੱਲਬਾਤ ਕਰ ਰਿਹਾ ਬਾਕੀ ਟਾਈਮ ਫਿਰ ਨਾਲ ਜਾਪ ਪਾਠ ਇਦਾਂ ਚੱਲਦਾ ਰਹਿੰਦਾ ਨਹੀਂ ਇੰਨਾ ਖੰਡ ਜਾਪ ਕਰਦੇ ਰਹਿੰਦੇ ਆ ਕਿਉਂਕਿ ਜਲ ਦੇ ਉੱਤੇ ਕੋਈ ਵੀ ਬਾਣੀ ਦਾ ਅਸਰ ਜ਼ਿਆਦਾ ਹੁੰਦਾ ਜੀ ਠੀਕ ਹੈ ਜਦੋਂ ਵੀ ਨਿਹੰਗ ਸਿੰਘੇ ਮੋਰਚਾ ਲਾਉਂਦੇ ਆ ਉਹ ਨਾਲ ਆਪਣਾ ਬਾਣੀ ਦਾ ਜਾਪ ਕਰਦੇ ਰਹਿੰਦੇ ਆ ਇਹ ਚਲੋ ਹੁਣ ਆਪਣਾ ਖੁੱਲਾ ਪਹਿਰਾ ਇਸ ਕਰਕੇ ਤੇ ਆਪਾਂ ਨਹੀਂ ਹਨਾ ਇੰਨਾ ਬਹੁਤਾ ਕਰਦੇ ਆ ਠੀਕ ਹੈ ਤੇ ਉਦਾਂ ਇਹਦੇ ਨਾਲ ਖੰਡ ਜਾਪ ਚੱਲਦਾ ਜੇ ਜਿੰਨਾ ਚਿਰ ਤੱਕ ਵੀ ਰਗੜਨਾ ਫਿਰ ਇਹਦੇ ਨਾਲ ਚੜ੍ਹਦੀ ਗਲਾ ਜੋ ਵੀ ਹਨਾ ਸਰੀਰ ਚੋਂ ਚੀਜ਼ ਆ ਜਾਂਦੀ ਹੈ ਹਾਂਜੀ ਸਰੀਰ ਚ ਆ ਜਾਂਦੀ ਜੇ ਕੋਈ ਕਿਸੇ ਦੀ ਮਨੋਰਥ ਹੋਵੇ ਕਿਉਂਕਿ ਸ਼ਹੀਦਾਂ ਸਿੰਘਾਂ ਦਾ ਮੇਨ ਆ ਹਾਂ 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 ਇਹਨਾਂ ਸ਼ਹੀਦ ਸਿੰਘ ਖੁਸ਼ ਹੁੰਦੇ ਆ ਬਹੁਤ ਵਧੀਆ ਹਾਂਜੀ ਬਹੁਤ ਹੀ ਸ਼ਾਨਦਾਰ ਆ ਦੇਖੋ ਜੀ ਜੀਤ ਸਿੰਘ ਜੀ ਦਿਖਾਓ ਇਹ ਸਾਰੀਆਂ ਚੀਜ਼ਾਂ ਵਿੱਚ ਹੀ ਗੁਲਾਬ ਆ ਵਿੱਚ ਹੀ ਬਦਾਮ ਆ ਵਿੱਚ ਹੀ ਕਾਲੀ ਮਿਰਚ ਆ ਚਾਰੇ ਹੀ ਮਗਜ ਆ ਹਰੀਆਂ ਇਲਾਚੀਆਂ ਹਰੀਆਂ ਇਲਾਚੀਆਂ